ਇਹ ਕੇਵਲ ਦਾ ਡਿਜ਼ਾਇਨ ਹੈਗਾ ਅਤੇ ਜੈਂਟਸ ਥਰੈਡ ਤੁਸੀਂ ਕਿਸੇ ਵੀ ਪ੍ਰੋਜੈਕਟ 'ਤੇ ਪਾ ਸਕਦੇ ਹੋ। ਹੁਣ ਤੁਹਾਨੂੰ ਮੈਂ ਬਣਾਉਣਾ ਦੱਸ ਰਹੀ ਹਾਂ ਕਿਵੇਂ ਬਣਨਾ ਹੈ। ਇਹ ਛੇ ਸਿਲਾਈ ਦਾ ਡਿਜ਼ਾਇਨ ਹੈ, ਦੋ ਉਲਟੇ ਬੁਣ ਲੈ, ਤਿੰਨ ਉਲਟੇ ਮੈਂ ਸਾਈਡਾਂ 'ਤੇ ਰੱਖੇ ਹੋਏ। ਹੁਣ ਧਾਗਾ ਇੱਧਰ ਹੀ ਰਹਿਣ ਦੇਣਾ, ਇਹ ਤਿੰਨ ਫੰਦੇ ਆ, ਤਿੰਨਾਂ ਦੇ ਅਸੀਂ ਤਿੰਨ ਹੀ ਬਣਾਉਣੇ ਆ, ਇੱਕ ਇਹ ਤਿੰਨਾਂ ਦੇ ਇੱਕ ਆ ਗਿਆ, ਇੱਕ ਇਹ ਜਾਲੀ ਬਣ ਗਈ, ਇੱਕ ਉੱਪਰੋਂ ਬੁਣਨਾ ਸੀ ਇਸ ਤਰ੍ਹਾਂ। ਇਹ ਤਿੰਨਾਂ ਦੇ ਤਿੰਨ, ਇੱਕ ਇਹ ਬਣ ਗਿਆ, ਦੋ ਇਹ ਬਣ ਗਏ, ਦੋ ਉਲਟੇ ਬੁਣਨੇ। ਮੈਂ ਸ਼ੁਰੂ ਤੋਂ ਹੀ ਦੱਸ ਰਹੀ ਹਾਂ ਡਿਜ਼ਾਇਨ। ਹੁਣ ਇਹ ਛੇ ਫੰਦੇ ਅਸੀਂ ਸਿੱਧੇ ਬੁਣਨੇ, ਤਿੰਨ ਚਾਰ ਪੰਜ ਛੇ, ਦੋ ਫਿਰ ਅਸੀਂ ਉਲਟੇ ਬੁਣਨੇ, ਧਾਗਾ ਅੰਦਰਲੀ ਸਾਈਡ ਰੱਖਣਾ, ਫਿਰ ਅਸੀਂ ਇਹ ਤਿੰਨਾਂ ਦੇ ਤਿੰਨ ਹੀ ਬਣਾਉਣੇ। ਇੱਕ ਇਹ ਜਾਲੀ ਪੈ ਗਈ, ਦੋ ਫਿਰ ਇਹ ਤਿੰਨਾਂ 'ਚੋਂ ਦੋ ਲੈਣੇ ਅਸੀਂ, ਇਹ ਤਿੰਨ ਸਾਈਡਾਂ ਦੇ ਮੈਂ ਉਲਟੇ ਰੱਖੇ। ਇਹ ਫੰਦਾ ਉਤਾਰ ਲਿਆ, ਇਹ ਬੁਣ ਲਿਆ, ਦੋ ਉਲਟੇ ਸਿੱਧੇ ਬੁਣੇ। ਹੁਣ ਫਿਰ ਅਸੀਂ ਉੱਧਰ ਹੀ ਅੰਦਰਲੀ ਸਾਈਡ ਧਾਗਾ ਰਹਿ ਗਿਆ, ਤਿੰਨਾਂ ਦੇ ਤਿੰਨ ਬਣਾਉਣੇ ਇਸ ਤਰ੍ਹਾਂ ਬਲੇਵੀਂ 'ਤੇ। ਇਹ ਤਿੰਨ, ਇੱਕ ਫਿਰ ਇਹ ਤਿੰਨਾਂ 'ਚ ਅਸੀਂ ਦੋਵਾਂ 'ਚ ਬੁਣਨਾ, ਇੱਕ ਨਹੀਂ ਬੁਣਨਾ, ਦੋ ਸਿੱਧੇ ਉਲਟੀ ਸਾਈਡ ਤੋਂ, ਇਹ ਛੇ ਉਲਟੇ। ਬਣਾਉਣ 'ਚ ਬੜਾ ਈਜ਼ੀ ਆ ਅਤੇ ਤੁਸੀਂ ਕਿਸੇ ਵੀ ਪ੍ਰੋਜੈਕਟ 'ਤੇ ਪਾ ਸਕਦੇ ਹੋ। ਇਹ ਦੋ ਸਿੱਧੇ ਇਸ ਤਰ੍ਹਾਂ ਸਿਲਾਈ 'ਤੇ ਬਲੇਵੀਂ 'ਤੇ, ਇਹ ਤਿੰਨਾਂ ਦੇ ਤਿੰਨ ਹੀ ਬਣਾਉਣੇ ਅਸੀਂ, ਇੱਕ ਦੋ, ਇਹ ਤਿੰਨੋਂ ਹੋ ਗਏ ਬਲੇਵੀਂ ਵਾਲਾ। ਹੁਣ ਇਹ ਤਿੰਨ ਮੈਂ ਸਾਈਡਾਂ 'ਤੇ ਸਿੱਧੇ ਸਿੱਧੇ ਰੱਖੇ ਹੋਏ, ਸਿੱਧੇ ਸਾਈਡ ਉਲਟੇ, ਉਲਟੀ ਸਾਈਡ ਤੋਂ ਸਿੱਧੇ ਹੋ ਜਾਂਦੇ। ਹੁਣ ਮੈਂ ਤੁਹਾਨੂੰ ਇਹ ਡਿਜ਼ਾਇਨ ਦੱਸ ਰਹੀ ਹਾਂ। ਇਹ ਉਲਟੇ ਬੁਣ ਲਏ, ਧਾਗਾ ਅੰਦਰਲੀ ਸਾਈਡ ਰੱਖਣਾ, ਇਹ ਤਿੰਨ ਹੈ, ਤਿੰਨਾਂ 'ਚ ਫਿਰ ਅਸੀਂ ਇੱਕ ਇਹ ਬਲੇਵੀਂ ਵਾਲਾ ਬਣ ਗਿਆ, ਫਿਰ ਇਹ ਅਸੀਂ ਦੋ ਲੈਣੇ, ਇੱਕ ਛੱਡ ਦੇਣਾ ਤਿੰਨਾਂ 'ਚੋਂ। ਇਹ ਤਿੰਨਾਂ ਦੇ ਤਿੰਨ ਬਣ ਗਏ, ਦੋ ਉਲਟੇ। ਹੁਣ ਇਹ ਬਸ ਅਸੀਂ ਇਹ ਕੇਬਲ ਬਣਾਉਣੀ ਹੈ ਸੈਂਟਰ ਵਾਲੀ। ਇਹ ਤੀਸਰਾ ਫੰਦਾ ਪਹਿਲਾਂ ਬੁਣਨਾ, ਦੋ ਬਾਅਦ 'ਚ, ਇੱਕ ਦੋ, ਇਹ ਹੋ ਗਏ। ਇੱਧਰੋਂ ਅਸੀਂ ਪਹਿਲਾਂ ਬਾਅਦ ਵਾਲਾ ਫੰਦਾ, ਇੱਕ ਦੋ, ਇਹ ਤੀਜਾ ਫੰਦਾ ਲੈ ਕੇ ਸਿਲਾਈ ਅਤੇ ਲਾਸਟ 'ਚ ਬੁਣਨਾ। ਇਹ ਕੇਬਲ ਸੈਂਟਰ ਵਾਲੀ ਬਣਦੀ ਜਾਊਗੀ ਸਾਡੀ। ਇਹ ਸਾਈਡਾਂ ਵਾਲੀ ਕੇਬਲ ਉਲਟੀ ਸਿੱਧੀ 'ਚ ਪੈਣੀ ਹੈ, ਇਹ ਸਿੱਧੀ ਸਿੱਧੀ 'ਚ ਪੈਣੀ। ਇਹ ਦੋ ਉਲਟੇ ਗੈਪ ਦੇ, ਧਾਗਾ ਅੰਦਰਲੀ ਸਾਈਡ ਰੱਖਣਾ ਹੈ ਤਿੰਨਾਂ ਦਾ। ਇੱਕ ਵਾਰੀ ਅਸੀਂ ਤਿੰਨ ਬੁਣਨੇ ਆ, ਇੱਕ ਵਾਰੀ ਅਸੀਂ ਦੋ ਬੁਣਨੇ ਆ, ਇਸ ਤਰ੍ਹਾਂ। ਇਹ ਤਿੰਨ ਸਾਈਡਾਂ ਤੋਂ ਉਲਟੇ ਆ, ਇਹ ਉਲਟੇ ਹੀ ਬੁਣੇ ਆ, ਉਲਟੀ ਸਾਈਡ ਤੋਂ ਸਿੱਧੇ ਹੋ ਜਾਂਦੇ ਆ। ਹੁਣ ਮੈਂ ਡਿਜ਼ਾਇਨ ਕੰਪਲੀਟ ਕਰਤਾ, ਇਸ ਤਰ੍ਹਾਂ ਹੀ ਸਾਰਾ ਬਣਨਾ। ਫਿਰ ਸਿਲਾਈ 'ਤੇ ਧਾਗਾ ਲਿਆ, ਕੇਵਲ ਉਲਟੀ ਸਿੱਧੀ 'ਚ ਪੈਣੀ, ਜਿਹੜੇ ਤਿੰਨ ਫੰਦਿਆਂ ਵਾਲੀ ਆ, ਇਹ ਤਿੰਨਾਂ ਦੇ ਤਿੰਨ ਹੀ ਬਣਾਉਣੇ ਅਸੀਂ, ਇੱਕ ਦੋ ਤਿੰਨ। ਇੱਧਰੋਂ ਉੱਧਰੋਂ ਉਲਟੇ, ਇੱਧਰੋਂ ਸਿੱਧੇ ਬਣ ਗਏ। ਹੁਣ ਅਸੀਂ ਇਹ ਜਿਹੜੇ ਛੇ ਫੰਦਿਆਂ ਦੀ ਬਲੇਵੀਂ ਪਲਟੀ ਹੈ, ਅਸੀਂ ਦੋ ਸਿਲਾਈਆਂ ਉਲਟੀ ਸਿੱਧੀ ਵਿੱਚ ਆ ਜਾਣਗੇ। ਇਹ ਬਣਾਉਣ 'ਚ ਬੜਾ ਈਜ਼ੀ ਹੈ। ਸਿਲਾਈ 'ਤੇ ਧਾਗਾ ਲਿਆ, ਤਿੰਨ ਹੈ, ਤਿੰਨਾਂ 'ਚ ਇੱਕ ਵਾਰੀ ਬੁਣਿਆ, ਫਿਰ ਦੋਵਾਂ 'ਚ, ਇਹ ਤਿੰਨਾਂ 'ਤੇ ਤਿੰਨ ਹੋ ਗਏ ਸਾਡੇ, ਇੱਕ ਬਲੇਵੀਂ ਵਾਲਾ, ਦੋ ਬੁਣਾਈ ਵਾਲੇ, ਇੱਕ ਦੋ ਤਿੰਨ। ਇਹ ਡਿਜ਼ਾਇਨ ਇਸ ਤਰ੍ਹਾਂ ਹੀ ਪੈਣਾ ਸਾਰਾ।